ਅਕਾਲੀ ਦਲ ਨੂੰ ਵੀ ਹੋਰ ਮਜ਼ਬੂਤੀ ਮਿਲੂਗੀ ਅਤੇ ਬਸਪਾ ਦੀ ਨੂੰ ਵੀ ਬਹੁਤ ਬਲ ਮਿਲੂਗਾ। ਇਹਦੇ ਨਾਲ ਸਾਡਾ ਵੋਟ ਬੈਂਕ ਹੋਰ ਮਜ਼ਬੂਤ ਹੋਇਆ। ਜਿਹੜੀ ਸਾਡੇ ਤਕਰੀਬਨ 100 ਤੋਂ ਵੱਧ ਸੀਟ 'ਤੇ ਅਸੀਂ ਜਿੱਤਾਂਗੇ। ਵੀ ਦੇਖੋ, ਕੈਪਟਨ ਸਾਹਿਬ ਨੇ ਗੁਪਤਾ ਸਾਹਿਬ ਦੀ ਸਹੁੰ ਖਾਧੀ ਸੀਗੀ ਵੀ ਕਰਜ਼ੇ ਮਾਫ ਕਰੂੰਗਾ ਕਿਸਾਨਾਂ ਦੇ। ਕਿਸੇ ਕਿਸਾਨ ਦਾ ਕਰਜ਼ਾ ਮਾਫ ਨਹੀਂ ਹੋਇਆ। ਉਹਨਾਂ ਨੇ ਕਿਹਾ ਸੀ ਵੀ ਮੈਂ ਘਰ ਘਰ ਨੌਕਰੀ ਦੇ ਦੂੰਗਾ। ਆਹ ਸਾਰਾ ਯੂਥ ਬੇਰੁਜ਼ਗਾਰ ਫਿਰਦਾ, ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ। ਇੱਕ ਤਲਾਸੇ ਦੇ ਕੇ ਉਹਨਾਂ ਨੂੰ ਬੇਰੁਜ਼ਗਾਰ ਕਰਤਾ, ਉਹ ਕਿਤੇ ਹੋਰ ਕੰਮ ਕਰਨ ਜੋਗੇ ਵੀ ਨਹੀਂ ਰਹੇ। ETT ਵਾਲੇ ਮੰਗਣ ਗਏ ਆਪਦੇ ਹੱਕ, ਉਹਨਾਂ ਦੇ ਡਾਂਗਾ ਮਾਰ ਮਾਰ ਕੇ ਉਹਨਾਂ ਦਾ ਬੁਰਾ ਹਾਲ ਕਰਿਆ ਪਟਿਆਲੇ। ਕੋਈ ਵਿਕਾਸ ਨਹੀਂ ਹੋਇਆ। ਹੁਣ ਗੇਟ ਬਣ ਰਹੇ ਨੇ, ਚਲੋ ਵਧੀਆ ਗੇਟ ਬਣਾਏ ਨੇ ਇਹਨਾਂ ਨੇ, ਅਤੇ ਗੇਟਾਂ ਦੇ ਨਾਂ 'ਤੇ ਵੀ ਬਸ ਇੱਕ ਪੈਸਾ ਹੀ ਖਾਧਾ ਜਾ ਰਿਹਾ, ਹੋਰ ਕੁਛ ਨਹੀਂ ਹੈ। ਨਾਭਾ ਵਿਖੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਰਹਿਨੁਮਾਈ ਦੇ ਹੇਠ ਯੂਥ ਅਕਾਲੀ ਦਲ ਦੇ ਹਲਕਾ ਨਾਭਾ ਦੇ ਦਿਹਾਤੀ ਪ੍ਰਧਾਨ ਪਰਮਜੀਤ ਸਿੰਘ ਥੂਹੀ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਨੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਪਰਮਜੀਤ ਸਿੰਘ ਥੂਹੀ ਨੇ ਕਿਹਾ ਕਿ ਅੱਜ ਬਾਬੂ ਕਬੀਰ ਦਾਸ ਦੀ ਰਹਿਨੁਮਾਈ ਦੇ ਹੇਠ ਸਾਡੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਯੂਥ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਬਾਰੇ ਯੂਥ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਯੂਥ ਦਾ ਅਹਿਮ ਰੋਲ ਰਹੇਗਾ, ਯੂਥ ਨੂੰ ਹੀ ਅਸੀਂ ਨਾਲ ਲੈ ਕੇ ਚੱਲਾਂਗੇ। ਉਹਨਾਂ ਕਿਹਾ ਕਿ ਬਸਪਾ ਅਤੇ ਅਕਾਲੀ ਦਲ ਦੇ ਗਠਬੰਧਨ ਹੋਣ ਦੇ ਨਾਲ ਸਾਡੀ ਪਾਰਟੀ ਹੋਰ ਤਾਕਤਵਰ ਹੋਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਮੈਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਾਂਗਾ ਅਤੇ ਘਰ ਘਰ ਵਿੱਚ ਨੌਕਰੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਾਰੀ ਯੂਥ ਬੇਰੁਜ਼ਗਾਰੀ ਦੀ ਮਾਰ ਚੱਲ ਰਹੀ ਹੈ, ਕਿਸੇ ਨੂੰ ਕੁਝ ਵੀ ਨਹੀਂ ਮਿਲਿਆ। ਉਹਨਾਂ ਕਿਹਾ ਕਿ ETT ਅਧਿਆਪਕਾਂ ਦੇ ਜੇਕਰ ਉਹ ਆਪਣਾ ਹੱਕ ਮੰਗਦੇ ਹਨ ਤਾਂ ਉਹਨਾਂ 'ਤੇ ਡਾਂਗਾਂ ਬਰਸਾਈਆਂ ਜਾਂਦੀਆਂ ਨੇ। ਉਹਨਾਂ ਕਿਹਾ ਕਿ ਨਾਭਾ ਸ਼ਹਿਰ ਵਿੱਚ ਕੋਈ ਵਿਕਾਸ ਨਹੀਂ ਹੋਇਆ, ਜੇਕਰ ਨਾਭੇ ਸ਼ਹਿਰ ਵਿੱਚ ਥੋੜ੍ਹੀ ਜਿਹੀ ਬਰਸਾਤ ਵੀ ਹੋ ਜਾਵੇ ਤਾਂ ਗੋਡੇ ਗੋਡੇ ਪਾਣੀ ਖੜ ਜਾਂਦਾ। ਅਸੀਂ ਜੀ ਅੱਜ ਯੂਥ ਅਕਾਲੀ ਦਲ ਦੀ ਮੀਟਿੰਗ ਕਰੀ ਆ, ਇਹ ਹਲਕਾ ਇੰਚਾਰਜ ਨਾਭਾ ਦੇ ਬਾਬੂ ਕਬੀਰ ਦਾਸ ਦੀ ਸਰਪ੍ਰਸਤੀ ਹੇਠ ਕਰੀ ਆ। ਅਸੀਂ ਅੱਜ ਮੁੰਡੇ ਇਕੱਠੇ ਕਰਕੇ ਯੂਥ ਦੇ ਆਪਦੇ ਹਲਕਿਆਂ ਦੇ ਇਲਾਕੇ 'ਚ ਉਹਨਾਂ ਨੂੰ ਅਕਾਲੀ ਦਲ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕਰੀ ਆ, ਜਿਹਦੇ ਵਿੱਚ ਅਸੀਂ ਵੱਖ ਵੱਖ ਮੀਟਿੰਗਾਂ ਕਰਨੀਆਂ ਸ਼ੁਰੂ ਕਰੀਆਂ ਨੇ ਅਤੇ ਯੂਥ ਨੂੰ ਅਕਾਲੀ ਦਲ ਬਾਰੇ ਜਾਣੂ ਕਰਾਇਆ ਜਾ ਰਿਹਾ ਅਤੇ ਜਿਹੜੀਆਂ ਸਰਕਾਰ ਕਾਂਗਰਸ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਉਹਨਾਂ ਬਾਰੇ ਵੀ ਜਾਣੂ ਕਰਾਇਆ ਜਾ ਰਿਹਾ ਜੀ। ਕੀ ਗਤੀਵਿਧੀਆਂ ਅਤੇ ਕੀ ਤੁਹਾਡੇ ਅੱਗੇ ਮੁੱਦੇ ਰਹਿਣਗੇ? ਮਤਲਬ ਅਸੀਂ ਜੀ ਜਿਹੜੀਆਂ ਆਉਣ ਵਾਲੀਆਂ 2022 ਦੀਆਂ ਚੋਣਾਂ ਨੇ ਉਹਨਾਂ ਨੂੰ ਯੂਥ ਦਾ ਅਹਿਮ ਰੋਲ ਰਹੂਗਾ। ਯੂਥ ਨੂੰ ਨਾਲ ਜੋੜ ਕੇ ਅਸੀਂ ਉਹ ਚੋਣਾਂ ਦੇ ਵਿੱਚ ਬਹੁਮਤ ਨਾਲ ਜਿੱਤਾਂਗੇ ਅਤੇ ਜਿਹੜਾ ਯੂਥ ਆ ਆਉਣ ਵਾਲੀ ਜਿਹੜੀ ਟਾਈਮ ਆ ਉਹਦੇ ਵਿੱਚ ਯੂਥ ਦੀ ਹੀ ਜਿਹੜੀ ਪ੍ਰਕਿਰਿਆ ਰਹੂਗੀ, ਵੋਟਾਂ ਦੇ ਵਿੱਚ ਵੱਧ ਤੋਂ ਵੱਧ ਯੂਥ ਨੇ ਹੀ ਹੰਬੜਾ ਮਾਰਨਾ। ਬਸਪਾ ਅਤੇ ਅਕਾਲੀ ਦਲ ਦਾ ਗਠਜੋੜ ਹੋਇਆ, ਤੁਸੀਂ ਕਿਵੇਂ ਦੇਖਦੇ? ਬਹੁਤ ਵਧੀਆ ਹੋਇਆ ਜੀ, ਬਹੁਤ ਲੰਬੇ ਸਮੇਂ ਤੋਂ ਉਡੀਕ ਸੀਗੀ ਅਤੇ ਇਹਦੇ ਨਾਲ ਅਕਾਲੀ ਦਲ ਨੂੰ ਵੀ ਹੋਰ ਮਜ਼ਬੂਤੀ ਮਿਲੂਗੀ ਅਤੇ ਬਸਪਾ ਦੀ ਨੂੰ ਵੀ ਬਹੁਤ ਬਲ ਮਿਲੂਗਾ। ਇਹਦੇ ਨਾਲ ਸਾਡਾ ਵੋਟ ਬੈਂਕ ਹੋਰ ਮਜ਼ਬੂਤ ਹੋਇਆ ਅਤੇ ਪਿੰਡਾਂ ਦੇ ਵਿੱਚ ਵੀ ਜਿਹੜੀ ਬਹੁਜਨ ਸਮਾਜ ਪਾਰਟੀ ਵੋਟ ਸੀਗੀ ਉਹ ਹੁਣ ਅਕਾਲੀ ਦਲ ਦੇ ਨਾਲ ਜੁੜਨ ਨਾਲ ਸਾਡਾ ਸਟਰੋਂਗ ਹੋਇਆ ਸੀ ਅਤੇ ਜਿਹੜੀ ਸਾਡੇ ਤਕਰੀਬਨ 100 ਤੋਂ ਵੱਧ ਸੀਟ 'ਤੇ ਅਸੀਂ ਹੁਣ ਜਿੱਤਾਂਗੇ। ਅਸੀਂ ਜੀ ਕਾਂਗਰਸ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ ਉਹਨਾਂ ਬਾਰੇ ਕਹਿਣਾ ਚਾਹੁੰਦੇ ਹਾਂ ਵੀ ਦੇਖੋ, ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀਗੀ ਵੀ ਕਰਜ਼ੇ ਮਾਫ਼ ਕਰੂੰਗਾ ਕਿਸਾਨਾਂ ਦੇ, ਕਿਸੇ ਕਿਸਾਨ ਦਾ ਕਰਜ਼ਾ ਮਾਫ਼ ਨਹੀਂ ਹੋਇਆ। ਉਹਨਾਂ ਨੇ ਕਿਹਾ ਸੀ ਵੀ ਮੈਂ ਘਰ ਘਰ ਨੌਕਰੀ ਦੇ ਦੂੰਗਾ। ਆਹ ਸਾਰਾ ਯੂਥ ਬੇਰੁਜ਼ਗਾਰ ਫਿਰਦਾ, ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ। ਇੱਕ ਤਲਾਸੇ ਦੇ ਕੇ ਉਹਨਾਂ ਨੂੰ ਬੇਰੁਜ਼ਗਾਰ ਕਰਤਾ, ਉਹ ਕਿਤੇ ਹੋਰ ਕੰਮ ਕਰਨ ਜੋਗੇ ਵੀ ਨਹੀਂ ਰਹੇ। ਇਹਨਾਂ ਦੀ ਨੌਕਰੀ ਦੇ ਆਸ 'ਤੇ ਉਹਨਾਂ ਦੀ ਜਿਹੜੀਆਂ ਉਮਰਾਂ ਸੀ ਉਹ ਵੀ ਲੰਘ ਗਈਆਂ ਅਤੇ ਇੱਕ ਜਿਹੜੇ ETT ਵਾਲੇ ਮੰਗਣ ਗਏ ਆਪਦੇ ਹੱਕ, ਉਹਨਾਂ ਦੇ ਡਾਂਗਾਂ ਮਾਰ ਮਾਰ ਕੇ ਉਹਨਾਂ ਦਾ ਬੁਰਾ ਹਾਲ ਕਰਿਆ ਪਟਿਆਲੇ। ਉਹਨਾਂ ਹੱਕ ਮੰਗਣ ਦਾ ਅਧਿਕਾਰ ਵੀ ਨਹੀਂ ਹੈਗਾ ਵੀ ਕੋਈ ਆਪਣਾ ਹੱਕ ਮੰਗ ਲਵੇ, ਉਹ ਵੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਸਾਡੇ ਨਾਭੇ ਦਾ ਹਾਲ ਦੇਖ ਲਓ ਤੁਸੀਂ, ਬੁਰਾ ਹਾਲ ਆ। ਥੋੜ੍ਹੀ ਬਰਸਾਤ ਹੋ ਜਾਵੇ ਗੋਡੇ ਗੋਡੇ ਪਾਣੀ ਖੜ੍ਹ ਜਾਂਦਾ ਸਾਰੇ, ਕਿਤੇ ਸੜਕਾਂ ਟੁੱਟੀਆਂ ਪਈਆਂ ਨੇ, ਕਿਤੇ ਕੋਈ ਪੈਸਾ ਨਹੀਂ ਲੱਗ ਰਿਹਾ। ਮੈਂ ਸਾਰੇ ਪੱਖੋਂ ਦੇਖਿਆ ਵੀ ਕਾਂਗਰਸ ਸਰਕਾਰ ਜਿਹੜੀ ਆ ਉਹ ਆਪਣੇ ਵਾਅਦਿਆਂ ਤੋਂ ਨਾਕਾਮ ਰਹੀ ਆ, ਉਹਨਾਂ ਤੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਹੈਗਾ ਜੀ। ਕਹਿਣ ਨਾਲ ਥੋੜ੍ਹਾ ਹੋ ਜਾਂਦਾ ਜੀ, ਕਹਿਣ ਕਰਕੇ ਦਿਖਾਓ। ਸੁਖਬੀਰ ਬਾਦਲ ਜੀ ਨੇ ਜੋ ਕਿਹਾ ਕਰਕੇ ਦਿਖਾਇਆ। ਇਹ ਕੈਪਟਨ ਸਾਹਿਬ ਨੇ ਖੁਦ ਡਿਵਾਈਡ 'ਤੇ ਕਿਹਾ ਸੀਗਾ ਵੀ ਸੁਖਬੀਰ ਬਾਦਲ ਇੱਕ ਇਹੋ ਜਿਹੇ ਸ਼ਖਸ ਨੇ ਜੋ ਕਹਿੰਦੇ ਨੇ ਉਹ ਕਰਕੇ ਵਿਖਾਉਂਦੇ ਨੇ। ਜਦੋਂ ਵਿਰੋਧੀ ਇਹ ਗੱਲ ਮੰਨ ਰਹੇ ਨੇ ਵੀ ਸੁਖਬੀਰ ਬਾਦਲ ਜੀ ਇਹ ਜੋ ਕਹਿੰਦੇ ਕਰਕੇ ਦਿਖਾਉਂਦੇ ਨੇ, ਤਾਂ ਫਿਰ ਇਹ ਕਰਕੇ ਦਿਖਾਉਣ। ਕਹਿਣ ਨਾਲ ਥੋੜ੍ਹਾ ਵਾਅਦੇ ਪੂਰੇ ਹੋ ਜਾਣਗੇ। ਜਨਤਾ ਵੀ ਹੁਣ ਜਵਾਬ ਮੰਗਦੀ ਆ, ਜਨਤਾ ਵੀ ਕਹਿੰਦੀ ਆ ਵੀ ਜਿਹੜੇ ਜਿਹੜੇ ਵਾਅਦੇ ਕਰੇ ਸੀਗੇ ਕੈਪਟਨ ਸਾਹਿਬ ਨੇ ਪੂਰੇ ਕਰੋ। ਕਿਸਾਨ ਵਿਚਾਰੇ ਉਹ ਬੈਠੇ ਨੇ ਸਰਹੱਦ 'ਤੇ ਕਰਜ਼ੇ ਮਾਫ਼ ਕਰਾਉਣ ਦੇ ਆਸ 'ਚ, ਉਹਨਾਂ ਦੀਆਂ ਲਾਸਾਂ ਤੱਕ ਵਿਚਾਰਿਆਂ ਦੀਆਂ ਨੂੰ ਰੋਲਿਆ ਗਿਆ।
कि करजे का की माफ़ करने किसानों के जोड़े आपदे तेल पानी से वो इन्नी महंगाई कर दी है स्टेट गौरमेंट ने टैक्स ला ला के कि वह तेल भी नहीं खरीद सकते रेह दवाइया भी नहीं खरीद सकते मारू नीतियां ने सारिया जी सरकार दी। देखो जी मेरे मिली आ हाँ एक नौकरी जरूर दिती इन्होंने वो दी आ बेअंत के पोत्रे सरकार आँदी उन्होंने सीधा DSP लाया ना कोई वह टैसट होया ना ही कोई वो पोस्ट कढ़ी गई आहजी नौकरियां दतिया ने हूँ दो नौकरियां होर दे रहे थे एक प्रताप बाजवा के बेटे को DSP ला रहे थे एक तहसीलदार ला रहे थे नौकरियां आप दतिया ने इन्होंने लेकिन जिन्होंने जरूरत है जो गरीबों के बच्चे ने उन्होंने तो नौकरी दी नहीं अपदियाँ आप इन्होंने कैबिनेट च मते पा के आप नौकरियां लिया ने यह नौकरियां दतिया ने इन्होंने जी होर तो किसी कोई नौकरी नहीं मिली। देखो अपना मेन तो यह यूथ के करके असी ने मीटिंग रखी है परमजीत सिंह थोई के सरप्रस्त हेठा तो कैप्टन साहब ने तलवंडी साबो के गुटका साहब की कसम करके कहा कि असी यूथ को घर घर नौकरी देवे कि सारी वादे इन्हों खोखले निकले ने इन्होंने कार्ड तक भी बनवाए इवन के कार्ड बनवाए कि घर घर अभी नौकरी देवे उन्होंने घर घर जाके लोगों के आउटडोर करके इन्होंने कार्ड बनवाए स्पैशल पर किसी को भी कोई नौकरी नहीं मिली अज तक। मैं कहना कि जो कोई आके कह भी दे कि मैं यह कार्ड बनया जी मैंने नौकरी दी है इन्होंने पर किसी कोई नौकरी नहीं दी इन्हें सारे खोखले वादे जी इन्हों तो हूँ कहते जी अभी टीचर पक्के कर देंगे टैट का लोगों का टैट का बच्चों ने टैसट क्लीयर कर टैट का टैसट क्लीयर करना कोई सौखी गल नहीं हैगी पर किसी भी टीचर ETT वाले टैट क्लीयर वाले कोई सरकारी जॉब नहीं मिली ना कोई टीचर बनया ना कोई मतलब कि डांगा खाते रहने पटियाले रोज़ धरने देंगे ने धरने दिन रात बह के उत्थे आए ने डांगा खा के स्टूडेंट कुड़ियां तक कुटिया इन्होंने पुलिस वाले ने नाल रल के पर कोई सुनवाई नहीं हुई हैगी। धर्मसोत साहब अपने कहिंदे ने नाभे का विकास होया पर इन्हों जे पूछा जाए लोहरा गेट तो लैके ग्रिड चौंक तक कि विकास होया उ लोग टोया के गिर गिर के मैं सट्टा खाते हैं कोई विकास नहीं होया हूँ गेट बन रहे हैं चलो वधिया गेट बनाए ने इन्होंने तो गेटा के नाँ से भी बस एक पैसा ही खाधा जा रहा होर कुछ नहीं है इंटरलॉकिंग टाइलां लगियां ने दलद्दी गेट तो लैके इतने तक कहते अभी करोड़ा रुपया लाता 3-3 करोड़ रुपया 2-2 करोड़ रुपया अभी ने उस एरिए लाया पर इन्ने के टोटे को मैं समझ नहीं आती कि इन्ने टोटे 3-3 करोड़ कि लग जाता है ये सोचने वाली गल है तो अपने नाभे के लोगों को यह चीज़ सोचनी चाहिए है कि यहोजे लोगों असी ना वोट पाइए तो एक नव नुमाइंदा असी मूहरे लेके आईए कि जो अपने शहर का विकास कर सके 85% काम मेहनत कि देखते नहीं है जो शहर वासियों देखते होने तो आने वाले इलैक्शन में जवाब देंगे धर्मसोत जी ने कोई विकास नहीं होगा ना कोई इन्होंने करना बाबू कबीरदास जी ने कर मौका दिता जाए तो विकास ही देखो फिर विकास दी लहरां चलदियां। आवाजी कम टीवी लई नाभा तो पत्रकार तरुण मेहता की रिपोर्ट।